दोनों गड्डियां वास्ते दोस्तों ताड़ी मार दो। मुकाबला शुरू होने लगा जी 480 ਲੋ ਜੀ ਇੰਤਜ਼ਾਮੀਆਂ ਦੇ ਜਿੰਨੇ ਕਿ ਮੈਂਬਰ ਗਰਾਊਂਡ 'ਚ ਆਪਾਂ ਸੈਂਡੇ ਕੀ ਰਹਿਣਗੇ ਇਹਦੇ ਉੱਪਰ ਨੰਬਰ ਲਿਖੋ ਨਹੀਂ ਬੜੀ ਮਿਹਰਬਾਨੀ ਕਰਨੀ ਆ ਤੇ ਨੰਬਰ ਜਿਹੜੇ ਨੇ ਉਹ 75 ਟਾਇਰ ਵਾਲੇ ਲਗਾ ਰਹੇ ਨੇ ਮੇਰਾ ਵੀਰ ਰਾਣਾ ਬਾਬਰ ਰਾਣਾ ਤਾਂਰਾ ਜਹਾਂ ਗੀਰ ਵਾਲੇ ਵੀਰਾਂ ਦਾ ਪਿਆਰ ਇਸ ਮੇਲੇ ਦੇ ਨਾਲ ਮਦਦਸਤ ਜੱਟ 70 ਵਾਲਾ ਜ਼ਬਰਦਸਤ ਬਹੁਤ ਸ਼ੁਕਰੀਆ ਅਲੀ ਜੱਟ ਜੀ ਜ਼ਿੰਦਾਬਾਦ ਕਿਵੇਂ ਗੱਡੀਆਂ ਯਾਰ ਗੇਟ ਤੇ ਲੈ ਆਉਣ 480 ਤੇ ਦੋਸਤੋ ਜਬੈਰ ਕਿਵੇਂ ਗੱਡੀਆਂ ਚੈਕਿੰਗ ਕਮੇਟੀ ਪਹੁੰਚ ਗਏ ਨੇ ਦੋਨੋਂ ਜਨਾਬ ਚੈਕਿੰਗ ਕਮੇਟੀ ਗੱਡੀਆਂ ਚੈੱਕ ਕਰੋ ਯਾਰ ਗੱਡੀਆਂ ਅੱਗੇ ਕਰਕੇ ਇੱਥੇ ਗੱਡੀਆਂ ਖੜੀਆਂ ਕਰੋ ਉਸ ਤੋਂ ਬਾਅਦ ਦੂਸਰਾ ਰੋਡ ਉਹਦੇ ਦੂਸਰਾ ਰੋਡ ਕਰਦੇ ਆ ਸਾਡੇ ਸੀ ਦੀ ਟਾਬਲਿੰਗ ਉਤਾਰ ਦਿੱਤੀ ਗਈ ਇੰਜੀਨੀਅਰ ਕੈਸਰ ਮਹਿਮੂਦ ਮਲਿਕ ਸਾਹਿਬ ਵੱਲੋਂ ਆਉਣ ਲੱਗਾ ਜੇ ਸ਼ੁਰੂ ਜੇ ਇਸ ਕਿਸੇ ਭਾਈ ਨੇ ਵੀ ਗੱਡੀ ਨੂੰ ਫੱਟੀ ਪਾਈ ਹੈ ਨਾ ਉਹ ਫੱਟੀ ਆਪਣੀ ਗਰਾਊਂਡ 'ਚੋਂ ਬਾਹਰ ਲਾ ਕੇ ਆਉਣੀ ਆ ਕਮੇਟੀ ਨੇ ਫੱਟੀ ਨਹੀਂ ਵਾਪਸ ਦੇਣੀ ਜੇ ਇਸ ਕਿਸੇ ਦੀ ਫੱਟੀ ਗਰਾਊਂਡ ਦੇ ਅੰਦਰ ਆ ਗਈ ਹਾਂਜੀ ਪਿਛਲੇ ਸਾਲ ਵੀ ਫੱਟੀਆਂ ਦੀ ਲੋਡ ਸੀ ਤੇ ਐਤਕਾਂ ਵੀ ਅਸੀਂ ਫੱਟੀਆਂ ਨਹੀਂ ਜਾਣ ਦੇਣੀਆਂ ਤਾਂ ਸ਼ਰਤ ਹੈ ਜਨਾਬ ਫੱਟੀ ਛੱਟੀ ਬਹੁਤ ਸ਼ੁਕਰੀਆ ਸਾਡੇ ਵੀਰ ਸਾਰੇ ਉਤਾਰ ਕੇ ਆਵਾਂ ਇੰਜੀਨੀਅਰ ਕੈਸਰ ਮਹਿਮੂਦ ਮਲਿਕ ਸਾਹਿਬ ਵੱਲੋਂ 500 ਰੁਪਈਆ ਮੇਰੇ ਵਾਸਤੇ 20,000 ਰੁਪਈਆ ਟੂਰਨਾਮੈਂਟ ਕਮੇਟੀ ਵਾਸਤੇ ਇੱਕ ਵਾਰੀ ਤਾੜੀਆਂ ਮਾਰ ਦਿਓ ਜੋਰਦਾਰ ਇੰਜੀਨੀਅਰ ਕੈਸਰ ਮਹਿਮੂਦ ਮਲਿਕ ਸਾਹਿਬ ਵੱਲੋਂ ਮਹਿਮਾਨੇ ਖਸੂਸੀ ਵੱਲੋਂ 20,000 ਰੁਪਈਆ ਕਮੇਟੀ ਵਾਸਤੇ ਔਰ ਚੌਰੀ ਮੁਹੰਮਦ ਆਸਫ ਜੱਟ ਇਹਨਾਂ ਵੀਰਾਂ ਲੋ 30,000 ਰੁਪਈਆ ਟੂਰਨਾਮੈਂਟ ਕਮੇਟੀ ਵਾਸਤੇ ਤਾੜੀਆਂ ਮਾਰ ਦਿਓ ਜਰਾ ਔਰ ਸਾਡੇ ਵੀਰ ਚੌਰੀ ਸੁਲਤਾਨ ਜੱਟ ਮਹਿਮਾਨੇ ਖਸੂਸੀ ਵੱਲੋਂ 20,000 ਰੁਪਈਆ ਟੂਰਨਾਮੈਂਟ ਕਮੇਟੀ ਵਾਸਤੇ ਇਹਨਾਂ ਦੀ ਸਾਰੀ ਸੰਗਤ ਆਪੀਆਂ ਸ਼ਬੀਰ ਸਾਹਿਬ ਬਹੁਤ ਸ਼ੁਕਰੀਆ ਅਸੀਬ ਜੱਟ ਜੀ ਬਹੁਤ ਸ਼ੁਕਰੀਆ ਬੜੀ ਮਿਹਰਬਾਨੀ ਲਵ ਯੂ ਜ਼ਿੰਦਾਬਾਦ ਜੀ एक एक गल पूरी दुनिया च जा रही है जेडे बाहरलिया मुल्क च इंडिया ते टायर सीधे स्टीयरिंग किसे पास नु नहीं घुमाना ओके ओके इट्स ओके एक बारी ताड़ी मार दो यार तवा गड्डिया वास्ते तवा गड्डिया वास्ते जिन्नो मैं रोड पसंद आया एक बारी ताड़ी मार दो यार ते हुन मेरे ख्याल है साइड जेडी है वो चेंज करन लगे ने चार सौ अस्सी स्पेशल पुराने फीएड का कख नहीं बनन दिता अली भाई ये भी दसना मैं गड्डी ਜਿਹੜੀ ਵਿਨ ਹੋ ਰਹੀ ਆ ਇਹ ਸਲੀਮ ਦੀ ਆ ਕਿ ਆਸਫ ਦੀ ਆ ਠੀਕ ਹੋ ਗਿਆ ਠੀਕ ਹੋ ਗਿਆ ਇੰਤਜ਼ਾਮੀਆਂ ਜਿੰਨੀ ਵੀ ਆ ਜਿਹੜੀ ਗੱਡੀ ਵਿਨ ਹੋ ਜਾਂਦੀ ਆ ਉਹ ਪਰਲੇ ਸਾਈਡ ਤੇ ਗਰਾਊਂਡ ਦੇ ਸਟੈਂਡ 'ਚ ਲਗਾਉਣੀ ਆ ਗੱਡੀ ਜਿਹੜੀ ਵੀ ਗੱਡੀ ਵਿਨ ਹੁੰਦੀ ਆ ਆ ਭਾਈ ਆ ਜਿਹੜੇ ਇਹਦਾ ਤਿੰਨ ਰਾਊਂਡ ਹੋਣੇ ਆ ਤਿੰਨਾਂ ਰਾਊਂਡਾਂ ਦੇ ਵਿੱਚ ਸਾਈਡ ਚੇਂਜ ਹੋਣੀ ਨਾ ਅਗਰ ਕੋਈ ਰਜਾਮੰਦੀ ਨਾਲ ਕਹਿੰਦਾ ਖੈਰ ਆ ਅਸੀਂ ਨਹੀਂ ਚੇਂਜ ਕਰਨੀ ਤੇ ਠੀਕ ਆ ਨਹੀਂ ਤੇ ਕਮੇਟੀ ਤਿੰਨਾਂ ਸਾਈਡਾਂ ਤੇ ਉਹ ਚੇਂਜ ਕਰਨਾ ਚਾਹਵੇ ਆਪਣੀ ਸਾਈਡ ਤੇ ਕਰ ਸਕਦਾ ਵਾ ਮਹਾਰਾਜ ਝੰਡੀ ਤੋਂ ਸ਼ੁਰੂ ਕਰਾਇਆ ਜਾਊਗਾ ਠੀਕ ਆ ਜੀ ਓਕੇ ਜੀ ਚੇਅਰਮੈਨ ਸਾਹਿਬ ਹਾਂਜੀ ਜੇ ਕੋਈ ਇੰਤਜ਼ਾਮੀ ਆ ਯਾਰ ਚੈਕਿੰਗ ਕਮੇਟੀ ਜਿਹੜੀ ਆ 9 ਨੰਬਰ ਦੇ ਨਾਲ ਜਿੱਤ ਕੇ ਪਹਿਲਾ ਰਾਊਂਡ ਤੇ ਹਾਂਜੀ ਗੱਡੀਆਂ ਓਕੇ ਕਰਕੇ 24 ਨੰਬਰ ਇੰਤਜ਼ਾਮੀਆ ਜਿਹੜੀ ਗੱਡੀ ਨੂੰ ਐਂਟਰੀ ਹੁੰਦੀ ਆ ਐਂਟਰੀ ਗੱਡੀ ਦਿੰਦੀ ਆ ਉਹ ਗੱਡੀ ਚੈੱਕ ਕਰਨੀ ਆ ਉਸ ਤੋਂ ਬਾਅਦ ਗੱਡੀ ਜਿਹੜੀ ਆ ਬਾਹਰ ਹੀ ਰਹੂਗੀ ਉਹ ਐਂਡ ਤੇ ਰੋਡ ਖੇਤੂ ਵੀ ਜਾ ਕੇ ਚਾਹੇ ਫੀਏ ਦਾ ਮੈਸੀ ਆ ਰੋਡ ਆ ਓਕੇ ਜੀ ਸਾਈਡ ਚੇਂਜ ਕਰਨ ਤੋਂ ਬਾਅਦ ਦੂਸਰੀ ਕੋਸ਼ਿਸ਼ ਯਾਰ ਜਿੰਨੇ ਵੀ ਇੰਤਜ਼ਾਮੀਆਂ ਤੋਂ ਇਲਾਵਾ ਬੰਦੇ ਯਾਰ ਬਹਿ ਜਾਓ ਜਾਂ ਬਾਹਰ ਚੱਲ ਜਾਓ ਯਾਰ ਮਿਹਰਬਾਨੀ ਹੈ ਯਾਰ ਇੰਤਜ਼ਾਮੀਆਂ ਤੋਂ ਇਲਾਵਾ ਜਿੰਨੇ ਬੰਦੇ ਆ ਜਾਂ ਥੱਲੇ ਬਹਿ ਜਾਓ ਜਾਂ ਗਰਾਊਂਡ 'ਚ ਬਾਹਰ ਚੱਲ ਜਾਓ ਯਾਰ
ਲਾਸ਼ ਤੇ ਘਾ ਦੋ ਗਰਾਉਂਡ ਦਾ ਟਾਇਰ ਸਿੱਧੇ ਕਰਾਓ ਜੀ ਤਾਂ ਜੀ ਟਾਇਰ ਸਿੱਧੇ ਕਰਾਓ ਗੱਡੀਆਂ ਦੇ ਓਕੇ ਬਿਸਮਿਲਲਾ दोनों पहिए जोर लगाते पैसे कुछ वादा घाटा मेरे ख्याल ने भी होया मुकाबला खत्म होया स्पेशल 480 दी आ जी 13 नंबर ਟਾਇਰਾਂ ਦੀ ਟੈਨਸ਼ਨ ਨਹੀਂ ਲੈਣੀ ਪੈਂਥਰ ਟਾਇਰਾਂ ਵਾਲੇ ਇੱਥੇ ਗਿਆ ਪੈਂਥਰ ਟਾਇਰਾਂ ਇੱਥੇ ਨੇ ਤੇ ਨਾਮ ਹੀ ਕਾਫੀ ਹੈ ਜਨਾਬ ਤੇ ਦੋਸਤੋ ਅਗਲਾ ਰਾਉਂਡ ਸ਼ੁਰੂ 13 ਨੰਬਰ ਸ਼ਕਲ ਤੇ ਕਾਰਾਂ ਜਿਹੜੀਆਂ ਖੜੀਆਂ 5 ਨੰਬਰ ਟਰੈਕਟਰ ਲਾਉਣੇ ਆ ਮੇਰੇ ਸਟicker ਲੱਗੇ ਹੋਣੇ ਨਾ ਪੈਂਥਰ ਟਾਇਰਾਂ ਵਾਲਿਆਂ ਦੇ ਮੋਟਰ ਸਾਈਕਲਾਂ ਤੇ ਕਾਰਾਂ ਸਾਹਮਣੇ ਉਹਨਾਂ ਦਾ ਸਟਾਰ ਵੀ ਲੱਗਿਆ ਹੋਇਆ ਹੈ ਪੈਂਥਰ ਟਾਇਰ ਲੈਵਲ ਹੀ ਹੋ ਰਿਹਾ ਹੈ ਪੰਜਾਬ ਦਾ ਤਗੜਾ ਵੱਜ ਗਿਆ हर तरह के टायर ਉਹਨਾਂ ਕੋਲ ਮੌਜੂਦ ਨੇ ਅਸੀਂ 10 ਕਿੱਲੇ ਜਗ੍ਹਾ ਰੱਖਾਂਗੇ ਤੁਹਾਡੀ ਬਾਈ ਸਾਨੂੰ ਪਤਾ ਲੱਗ ਗਿਆ 71 ਵਾਲਿਆਂ ਨੇ ਪਾਕਿਸਤਾਨ ਦੀ ਤਾਰੀਖ ਵਿੱਚ ਕਾਮਯਾਬ ਇਵੈਂਟ ਤਰਤੀਬ ਦੇਣ ਤੇ ਮੁਬਾਰਕਬਾਦ ਪੇਸ਼ਕਾਂ ਸਰਦਾਰ ਕਲਾਮ ਰਸੂਲ ਕਾਕਾ ਡੋਗਰ ਮੇਰਾ ਵੀਰ ਸ਼ੁਰੂ ਹੋਣ ਲੱਗਿਆ ਜੀ ਚੋਰੀ ਅਲੀ ਜੱਟ ਪਾਕਿਸਤਾਨ ਆਰਮੀ ਵਾਲਾ ਜ਼ਬਰਦਸਤ ਚੇਅਰਮੈਨ ਮਾਰ ਮੁਹੰਮਦ ਰਫੀਕ ਸਰਦਾਰ ਜ਼ਾਹਦ ਮਹਿਮੂਦ ਡੋਗਰ 71 ਵਾਲਾ ਇਸ ਤੋਂ ਉੱਪਰਲਾ ਡੋਜਨ ਰਿਆਜ਼ ਤੇ ਉਹਦੇ ਮੁਕਾਬਲੇ ਦੇ ਦੌਰਾਨ ਦੋਨੇ ਗੱਡੀਆਂ ਯਾਰ ਗਰਾਊਂਡ 'ਚ ਲਾਓ ਚੈਕਿੰਗ ਕਮੇਟੀ ਕੋਲ ਲਓ ਜੀ ਟਾਇਰ ਸਿੱਧਾ ਕਰਕੇ ਤੇ ਕੰਮ ਜਿਹੜਾ ਨਾ ਸ਼ੁਰੂ ਹੋ ਜਾਵੇਗਾ ਇਨਸ਼ਾਅੱਲਾ ਰਿਆਸ ਤੇ ਦਨਾਨ ਗੱਡੀਆਂ ਰੈਡੀ ਰੱਖੋ ਲੋ ਜੀ ਚੇਅਰਮੈਨ ਜੀ 1 2 3 ਰੈਡੀ ਜੀ ਰੈਡੀ ਇੱਕ ਮਿੰਟ ਤਾਂ ਜੀ ਇੱਕ ਮਿੰਟ ਇਹਦੇ ਨਾਲ ਹੀ ਜੀ ਦੋਵੇਂ ਰਾਉਂਡ ਇੱਕੋ ਹੀ ਗੱਡੀ